ਗੱਲ ਕਰਕੇ ਹਟਿਆ ਹੁਣ ਤੂੰ ਤੂੰ 500 ਲੱਖ ਦੀ ਕਹਿੰਦਾ ਨਹੀਂ 250 ਚਲੋ ਮੈਂ ਮੈਨੂੰ ਸੌਦਾ ਮਨਜ਼ੂਰ ਨਹੀਂ ਭਾਈ ਲੈ ਬੇਬੇ ਮਨਦੀਪ ਤਾਂ ਆਈ ਨਹੀਂ ਬੁਲਾਉਣ ਕਿਥੇ ਨਾ ਕਮਾਉਣ ਦੀ ਸਲਾਹ ਹੋ ਗਈ ਉਹਦੇ ਨਾ ਬਲਾ ਕਮਾਉਗੀ ਤਾਂ ਸਹੀ ਪਰ ਐ ਨਹੀਂ ਪਤਾ ਵੀ ਲਿਆਂਦਾ ਕੀ ਹੈ ਉਹ ਤਾਂ ਡੱਬੇ ਖੋਲ ਕੇ ਪਤਾ ਲੱਗੂ ਇਹਨਾਂ ਨੂੰ ਪਿੱਛੇ ਲੋ ਤਿਆਰ ਹੋ ਗਏ ਕਹਿੰਦਾ ਆ ਜਾਓ ਹੁਣ ਬੇ ਆ ਜਾਓ ਮੁੰਡਿਓ ਉੱਥੇ ਬਹਿ ਕੇ ਅੰਦਰ ਕੀ ਕਰਨ ਲੱਗੇ ਪਤਾ ਨਹੀਂ ਕੁਸਰ ਮੁਸਰ ਕੀ ਕਰੀ ਜਾਂਦੇ ਨੇ ਅੰਦਰ ਦੱਸ ਕੀ ਕਰੀ ਜਾਂਦੇ ਨੇ ਕੋੜੇ ਚੱਕੀ ਚੱਲਦੀ ਹੋਊਗੀ ਆਟਾ ਪਿਹਾਉਣਾ ਆਦੀ ਭਣ ਚੱਲਦੀ ਹੋਊਗੀ ਬੇਬੇ ਤੇਜਾ ਕਿੱਧਰ ਗਿਆ ਨਾ ਤਾਂ ਸੁਨੇਹੀ ਲਾਉਂਦਾ ਆਟਾ ਫੇਰ ਨਹੀਂ ਇਹਨਾਂ ਸਾਰਾ ਟਾਈਮ ਲਾਉਂਦਾ ਹੱਥ ਨੇ ਦੂਜੇ ਦਿਨ ਪੀ ਲੈ ਫੇਰ ਅੱਛਾ 8 ਵਜੇ ਤੱਕ ਚੱਕੀ ਚਲਾਉਂਦਾ ਚੱਲ ਤਾਂ ਆਊਗਾ ਬੇਬੇ ਹਾਂ ਤਰੇ ਆਊਗਾ ਨਾ ਸਵੇਰੇ ਚੱਕ ਲੇਊਗਾ ਚਲ ਹਾਂ ਸਵੇਰੇ ਹਾਂ ਦੀਦੀ ਆ ਜੂ ਨਾ ਸਾਰਾ ਸਮਾਨ ਲੱਗਿਆ ਪਿਆਗਾ देख के मैं भाज देने मैं देखदा देख ले हाँ ले एदा नहीं ढिड भरदा ਹਜੇ ਲੱਭੇ ਨਹੀਂ ਤੈਨੂੰ ਸਾਰਾ ਕੁਝ ਸਾਰਾ ਕਰੂਗਾ ਪ੍ਰਬੰਧ ਇਹ ਆਪਣੇ ਫੌਜੀ ਦੀ ਸਾਲੇ ਹਾਰ ਕੋਲੇ ਮੁੰਡਾ ਹੋਇਆ ਪਾਰਟੀ ਦਿੰਦਾ ਜੱਟ ਅੱਜ ਕੰਮ ਕਰਦਾ ਫਿਰਦਾ ਮੈਂ ਕਰਨਾ ਪੈਂਦਾ ਬਾਈ ਨਾਲੀ ਹਲੇ ਅੱਡ ਲਾਵਾਂਗੇ ਫੌਜੀ ਤੋਂ ਪਾਰਟੀ ਹੱਥ ਨਾਲੀ ਫੌਜੀ ਤੋਂ ਹਲੇ ਅੱਡ ਲਾਵਾਂਗੇ ਪਾਰਟੀ ਹੱਕ ਬਣਦੇ ਨਾ ਬਾਈ ਬਣਦੇ ਬਣਦੇ ਬਾਈ ਬਣਦੇ ਬੇਟੋ ਰਹੀ ਆ ਭਾਲ ਦੇ ਰਹਿਣਾ ਕਰ ਲਈ ਸਾਫ ਸਫਾਈ ਸਾਰੀ ਸਾਫ ਸਫਾਈ ਬੜੇ ਮੰਦੇ ਭਾਂਡੇ ਭੁੰਡੇ ਸਾਫ ਕਰਤੇ ਤੇ ਜੀ ਬੰਦਾ ਭਾਂਡੇ ਸਾਰੇ ਸਾਫ ਕਰ ਦੇ ਉਹ ਲਾ ਲੈ ਮੇਰਾ ਬੜਾ ਲਓ ਜੀ ਤੁਸੀਂ ਸੋਚਦੇ ਹੋ ਕਿ ਸਾਰੀ ਟੀਮ ਕਿਵੇਂ ਖੁਸ਼ੀਆਂ ਖੇੜੇ ਮਨਾ ਰਹੀ ਅੱਜ ਅੱਜ ਪਾਰਟੀ ਹੈਗੀ ਹੈ ਮਨਦੀਪ ਦੀ ਭਰਜਾਈ ਦੀ ਭਰਜਾਈ ਕੋਲੇ ਕਾਕਾ ਹੋਇਆ ਇਹਨਾਂ ਦੇ ਰੰਬ ਰੁੰਬ ਬਾਅਦ ਚ ਪਿਆਊਗਾ ਕਹਿੰਦਾ ਹੱਥ ਨੇ ਤੇ ਹੁਣ ਕਹਿੰਦਾ ਵੀ ਮਠਿਆਈ ਖਾਓ ਤੇ ਪਨੀਰ ਪਕੌੜਾ ਛਕੋ ਸੜਕਾਂ ਤੇ ਲਿਟੀ ਜਾਓਗੇ ਦਿਨੇ ਫਿਰ ਕੰਮ ਨਹੀਂ ਹੋਣਾ ਕਹਿੰਦਾ ਬਾਈ ਜੀ ਆਹ ਪਾਰਟੀ ਚੱਲ ਰਹੀ ਹੈ ਸਾਡੀ ਖੁੱਲ੍ਹਮ ਖੁੱਲੀ ਆ ਦੇ ਅਸਖਬਾਲ ਭੈਣ ਦੇਖ ਮਾਰਦੀ ਨਾ ਤਾੜੀ ਹੱਥਾਂ ਨਾਲ ਆਏ ਆ ਆਪਣਾ ਬਾਈ ਜੱਸਾ ਬਾਈ ਜੀ ਦੀ ਲਾੜ ਡਿੱਗੀ ਜਾਂਦੀ ਨੇ ਬੋਲ ਪਾ ਗੁਰਦੋਂ ਪਿਆ ਵਧਾਈਆਂ ਜੀ ਬਾਈ ਫੌਜੀ ਫੌਜੀ ਨੇ ਦੇ ਮੈਨੂੰ ਕਹਦੇ ਨੇ ਫੌਜੀ ਨੇ ਦਿੱਤੀਆਂ ਨੇ ਚਲੋ ਵੀ ਹੋ ਜਾਓ ਫਿਰ ਨੇੜੇ ਹੋ ਜਾਓ ਬਾਈ ਚੱਕ ਲੋ ਗਿਰਾ ਹੁਣ ਚੱਕ ਕੇ ਕੋਈ ਨਹੀਂ ਫੜਾਉਂਦਾ ਚਲੋ ਚਲੋ ਪਾਓ ਤਾਂ ਸਹੀ ਇੱਕ ਵਾਰ ਹਾਂ ਇਹ ਤਾਂ ਹੈਗੇ ਕਿਉਂ ਬਾਈ ਜੱਸੇ ਗੱਲ ਸਹੀ ਹੈ ਨਾ ਮਾਸੀ ਜੀ ਫਰਮਾਓ ਕੁਛ ਵਧਾਈਆਂ ਪੁੱਤ ਬਹੁਤੀਆਂ ਬਹੁਤੀਆਂ ਇਹ ਤਾਂ ਹੈ ਕਿੱਦਾਂ ਹੋਰ ਆ ਜੇ ਹੁਣ ਨਜ਼ਾਰੀ ਆ ਜੇ ਸਾਨੂੰ ਸਾਡੀ ਤਾਂ ਪਾਰਟੀ ਚੱਲੀ ਜਾਂਦੀ ਹੈ ਖੁਸ਼ੀ ਚ ਖੁਸ਼ੀ ਚਾਹੀਦੀ ਹੋਰ ਭਾਈ ਡਰਾਈਵਰ ਸਾਹਿਬ ਬੋਲੋ ਕੁਛ ਬਹੁਤ ਬਹੁਤ ਵਧਾਈਆਂ ਬਾਈ ਸਰ
हां भाई ये तो है ले भी हुन तेजा देन लगया तू फिर तेजा तू देन लगया हुन ना बेचारा रोटी खा के इन्नी क्यों यार तुसी ऐ करदे हो ना ना रोटी खा के चार पनीर पकौड़े भरे ने बस मैं ना जुल्म करदे यार चार की रखे ने ना पुत्र ना चार ही रखते गरीब ने यार पनीर पकौड़े हौली चल दे तू मिनट मार फिर दे दे तू दे हुन देख भाई गल्ला गल्ला चला के रख इन्हां नु गल्ला चला के रख रोटी तो पहले इन्हू पता लग गया सी सारे समान दा रोटी देख के कर दिया ने रोटी बाणी रोटी दा बस नौ जा करके आया रोटी दा खा के आया बेचार रोटी खा लन्ने रोटी मुलाजम वांगू दोपहरे खांदा है और प्लेट भी सारा बढ़िया ले गया और फिर राजू बढ़िया वीरे बढ़िया ले ले भैया जा कोई नहीं खा बस कोई गल ले ले मक्खियां ना मेरे सर चक चक फड़ा दो एक राजू का घर डाउन करता है रहने दो मेरे ट्रैक्टर बारे कट के मारने तुसी भाई देओ बधाइयां भाई नु फौजी नु हां फौजी भाई बधाइयां 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 बालियां ਸਵਾ ਵਧਾਈਆਂ ਡੇਢ ਵਧਾਈਆਂ ਡੇਢ ਵਧਾਈਆਂ ਦੇ ਨੇ ਸਵਾ ਵਧਾਈਆਂ ਸੱਚੀ ਗੱਲ ਲੋ ਵੀ ਖਾ ਪੀਤਾ ਹੁਣ ਲਿਆ ਸਾਰਿਆਂ ਨੇ ਹੈ ਹੁਣ ਆਪਾਂ ਨੂੰ ਜਿਹੜਾ ਗਿਫਟ ਭੇਜਿਆ ਕਿਸੇ ਨੇ ਉਹ ਆਪਾਂ ਖੋਲਾਂਗੇ ਆ ਰਾਜੂ ਫੜ ਲਿਆ ਆ ਪਿਆ ਮੋਟਰਸਾਈਕਲ ਤੇ ਇਹ ਚ ਦੱਸੋ ਵੀ ਹੁਣ ਕੀ ਲੱਗਦਾ ਤੁਹਾਨੂੰ ਹੈ ਚਾਹ ਰਹਿੰਦਾ ਕੋਈ ਚੱਕ ਨਹੀਂ ਸਾਰਾ ਰਹਿੰਦਾ ਦੱਸੋ ਵੀ ਕੀ ਲੱਗਦਾ ਇਹ ਚੋਂ ਹੁਣ ਕੀ ਪਤਾ ਕੀ ਹੈਗਾ चादर कपड़े ने गल करके हटे हुण तू तू 500 आके कहदा नहीं 250 लो मैं मेनू सौदा मंजूर नहीं भाई काठी मार गया सी हैं काठी मार गया सी मैं कहदा इह तां ओदी कदों लिया नवा ट्रांसफार्म भाई ए ट्रांसफार्म की निगरानी रखी असि रात ट्रैक्टर सारी रात जागते रहे सारी रात जागते रहे सुते नहीं जागते रहे वो लग हां कुत्ते दा अड खर्चा पऊगा योगी दी बोतल राजू योगी दी बोतल 10 दिन ने छुट्टी मारी साडे काम तो ओए लेकिन हरियाणा पे हां एक है ना फ्री ट्रांसफार्म मंडी जांदे ने आजो आजो सारे नु लेके सद के आजो फ्री ट्रांसफार्म देई जांदे ने ओ ते ट्रालियां दी टायर लग गया आ देख देख देखो फिर खोल के की कुछ है छ बस कोई ना हुन तक पटदा सी है पहला सुखपाल ने सुनु पता है काली वाली चलदी है ये भेजे जी मोनिका शर्मा हाउस नंबर 1724 गीता नगरी अंबाला सिटी देख लो भी की है इस चाची कहने के भूंड ना निकले ताने मेने मार दिया ना संधारा नू फिर अगे पेके नू रोनिया ने रोनिया पेके नू ये संधारे बिना कर दिया ना कर दिया नहीं जुझे कर दिया कर दिया कोई भूडना मर जाए बेचो चादर ने सारी चुपियां बंदा काला
चादर ने चादर धन्यवाद भाई जी ने भेजा बहुत बहुत ओदा आ कॉटन की चादर है सलीन की चादर है चादर चादर ने आ बैठे ने हुण डके होए पनीर पकौड़े दे की गल्लां बातां चल रही हुण फिर मनदीप नूं पुछदे आ भरी जगजी वर गए अच्छा परजाई वर गई है चल वधिया चल वधिया होर गई लेके कदों आणगे फिर बस कल आ जाणगे भैणे निम्मत आयो तुसीं भी जरूर हां हां सानूं फिर पार्टी पूरी हां पूरी ले बटे ही पार्टी तक लावांगे पूरा पूरा भेंडी जी लावांगे आपां कल क्या जा किधर गया ते उत्थे निम्म बन लिया पुत्त डब्बा लाई सब तो पहला ना मैं टेस्ट करना है बाला खा गया था बाला हल्के मंगू मिठाई बहुत स्वाद थी मंदीप की तो मंगाई थी राजी तो मंगाई सी पहले ज्ञानी अच्छा ज्ञानी क्यों ठीक है भाई ज्ञानी दी मंगाई होती है वधिया हां कोई वाड़ी मिलावट होती नहीं होती ज्ञानी वाली की ना बहुत स्वाद सी ਚੱਲ ਭਾਈ ਹਜੇ ਦਿਨ ਕਿਹੜਾ ਰੋਜ਼ ਹੀ ਆਉਂਦੇ ਨੇ ਹਾਂ ਮਾਸਾ ਮਹਾਰਾਜ ਨੇ ਸੁਣੀ ਆ ਕੁੜੀ ਵੀ ਕਈ ਸਾਲ ਦੀ ਹੋਈ ਸੀ 9 ਸਾਲਾਂ ਤੋਂ ਬਾਅਦ ਹੋਇਆ ਜੀ 9 ਸਾਲ ਦੀ ਹੋ ਗਈ ਕੁੜੀ ਲੈ ਦੱਸ ਫੇਰ ਆਪਾਂ ਤਾਂ ਇਸੇ ਤਰ੍ਹਾਂ ਪਾਰਟੀਆਂ ਆਉਂਦੇ ਰਹੀਏ ਤੇ ਆਪਾਂ ਮਨਾਉਂਦੇ ਰਹੀਏ ਹੋਰ ਪਾਰਟੀਆਂ ਆਉਂਦੀਆਂ ਰਹਿਣ ਤੇ ਮਨਾਉਂਦੇ ਰਹੀਏ ਸਾਡੀ ਟੀਮ ਦਾ ਬੰਦਾ ਇੱਕ ਮੁੰਡਾ ਸਾਹਮਣ ਗਿਆ ਹੋਇਆ ਫਿਰ ਕੋਈ ਹੈ ਨਹੀਂ ਸੀ ਹੋਰ ਸਾਹਮਣ ਵਾਲਾ ਚਲੋ ਮੈਂ ਵੀ ਉੱਥੇ ਚੱਕ ਕੇ ਬੈਠ ਜਾਂਦੀ ਗੁਰਵੀਰ ਨੂੰ ਚੱਲ ਫਿਰ ਆਟਾ ਪਿਆ ਕੇ ਲਈਏ ਹੁਣ ਚੱਲਦੇ ਆ ਪਹਿਲਾਂ ਆਦਾ ਕਰ ਜੀਏ ਟਿੱਡ ਦੱਥ ਨੇ ਫੇਰ ਮੰਗੂਗਾ ਓਏ ਆ ਕਰ ਜੀ ਪਹਿਲਾਂ ਸਵਾਨ ਦਾ ਕਮਜਾ ਖਾ ਜੀਏ ਇਹ ਚੱਲਦੇ ਆ ਅਜੇ ਪਿਆ ਚ ਕੋਈ ਖਾਣ ਦੀ ਗੱਲ ਸਰੇ ਬੇ ਸ਼ਰਮਾ ਲੈ ਗਾ ਤੇਰੇ ਯਾਰ ਵੀ ਮਰੇ ਨੇ ਨਾ ਦੱਸ ਕਮਾਲ ਕਰ ਦੀ ਇਹ ਬਹੁਤ ਦੇੜ ਕੇ ਹਟੂ ਨਾ ਇਹ ਨਹੀਂ ਮਰਦਾ ਹੋਰ ਇਹ ਤਰਾਂਗੇ ਮੋਜੀ ਦੇ ਛੱਡਦੇ ਤੁਮਾਰ ਕੀ पर हूं मंगू दो घंटे ਕਮਨਦੀਪ ਦੇ ਘਰੇ ਰੋਟੀ ਅਥਣੇ ਆਏ ਕਰ ਲੈਣੇ ਫਿਰ ਜਿੰਤੀ ਆਟਾ ਨਹੀਂ ਪੀਣਾ ਚਲ ਚੰਗਾ ਬੇਬੇ ਫਿਰ ਜਾਣੇ ਆਟਾ ਛਟਕਣਾ ਥੋੜੀ ਚਾਹੀ ਬਣਾ ਲੋ ਭੁੱਖ ਲੈ ਹੋਈ ਸਮਾਨ ਮੇਰੇ ਪੁੱਤੇ ਦਾ ਹੁਣ ਕੀ ਖਾ ਕੇ ਹਟਿਆ ਸੀ ਕੀ ਪੀ ਕੇ ਹਟਿਆ ਸੀ ਸਮਾਨ ਥੱਲੇ ਹੋ ਜੂਗਾ ਸਮਾਨ ਤਾਂ ਤੂੰ ਥੱਲੇ ਜਮੀ ਕਰਿਆ ਆ ਚਾਹ ਹੋਰ ਹਾਏ ਨੇ ਹੋ ਜੂ ਫਿਰ ਨਿਉਣੇ ਆਟਾ ਚਲ ਮੈਂ ਧਰ ਲੈਣੀ ਚਾਹ ਫਿਰ ਹੋਰ ਭੈਣ ਬਣੇ ਹੋਰ ਕੀ ਆ ਕਿਆ ਕਰ ਲੱਗ ਤਾ ਹੋਰ ਫਿਰ ਹੁਣ ਇਹ ਹਰਦਾ ਹੀ ਗੁਰਵੀਰ ਤਾਂ ਕਹਿੰਦੀ ਭੂਆ ਭੂਆ ਕਹਿਣ ਲੱਗ ਗਿਆ ਮਾਸਾ ਮਾਸਰ ਚਾਚੀ ਵੀ ਕਹਿਣ ਲੱਗੂ ਖੜ ਜਾ 2 ਸਾਲ ਕਹੂ ਗਈ ਵਿਚਾਰਾ ਸਭ ਕੁਝ ਕਹੂ ਗਈ ਚੱਲੀਏ ਫਿਰ ਜੋੜ ਰੈਡੀ ਫਿਰ ਮੋਨਿਕਾ ਸ਼ਰਮਾ ਜੀ ਦਾ ਵਾਲੇ ਵਾਲਿਆਂ ਦਾ ਬਾਕੀ ਤੁਸੀਂ ਵੀ ਜੇ ਆਨਲਾਈਨ ਇਹ ਚਾਦਰਾਂ ਮੰਗਾਉਣੀਆਂ ਨੇ ਬਹੁਤ ਸੋਹਣੀਆਂ ਸੋਹਣੀਆਂ ਚਾਦਰਾਂ ਤੁਹਾਨੂੰ ਦਿਖਾਉਣਗੇ ਤੇ ਤੁਸੀਂ ਫੋਨ ਕਰ ਸਕਦੇ ਹੋ ਉਹਨਾਂ ਨੂੰ ਨੰਬਰ ਹੈ ਜੀ 720-615-84-78 ਬਾਕੀ ਸਕਰੀਨ ਦੇ ਉੱਪਰ ਨੰਬਰ ਅਸੀਂ ਕਰ ਦਿਆਂਗੇ ਤੇ ਜ਼ਰੂਰ ਉਹਨਾਂ ਨੂੰ ਫੋਨ ਕਰਕੇ ਆਰਡਰ ਕਰੋ ਤੁਹਾਨੂੰ ਵਧੀਆ ਵਧੀਆ ਚਾਦਰਾਂ ਉਹ ਘਰ ਬੈਠਿਆਂ ਨੂੰ ਭੇਜ ਦੇਣਗੇ
ਵਧੀਆ ਵਾਜਬ ਰੇਟਾਂ ਤੇ ਚਾਦਰਾਂ ਭੇਜਣਗੇ ਸ਼ੁਕਰੀਆ ਜੀ ਮਿਹਰਬਾਨੀ